देखो की वालेकुम सलाम। करना है मौज। अल्लाह ताला की बनाई हुई प्यारी प्यारी चीजें देखने हैं। प्यारी प्यारी चीजा मखलूक नहीं, मखलूक ही चीज, मखलूक देखना है, लोग देखना है, कहने लगे बहुत अच्छे हैं माशाल्लाह। और दी हवा लगी है ना जी, बहुत है। ये जंपल कितने दी? उकाड़ा की। उकाड़ा दी, अच्छा। लोर दिया रोड़का देखना है, की महसूस होया? बहुत अच्छा फील होया। वैसे तो मैं मैकेनिकल इंजीनियरिंग की हुई है और मेरी उम्र कम है थोड़ी, 6 माह, वो एक्सपीरियंस ले रहा हूँ, मैं इंटर्नशिप कर रहा हूँ। तो लाहौर दे विचों? हाँ जी, लाहौर के। ब्याह करना होएगा किरे शहर च करना? ब्याह साहिवाल। साहिवाल लाहौर च क्यों आनी? लाहौर पसंद नहीं है। रौनका देखन लाहौर च आंदे आ है, ब्याह लाहौर नहीं करना, फिर पसंद नहीं है, क्यों होई? नहीं वैसे ही बस होती है, कोई खर्चे बहुते होंदे लाहौर ना दे? खर्चे दी गल नहीं है वैसे ही। हाँ जी, लड़दियां? लड़दियां तो बहुत है, बट्टे चुक चुक मार दियां। बट्टे नहीं मार दियां, उन्हां दी जुबान ही माशाल्लाह। गोली वांगू आ? गोली तो भी तेज। चंगी गल होनी चाहिए। अच्छा चलो, मेरा एक सवाल देना जवाब, तुसीं दसना पाकिस्तान दे सब तो वड्डे शहर दा नाम ते सब तो छोटे शहर दा नाम की आ? सबसे बड़ा तो कराची है, छोटा पाक पतन लाल। पाक पतन नहीं है, अंदाजा नहीं है कोई। तो मैं हार गया? हाँ मैं हार गया। शेर सुना दो। इसको गुरूर मान ले या फिर अदाए यार, के गुफ्तगू के सारे सलीके बदल गए, जिस दिन से उसको बताया है तुम बड़े खास, उस दिन से यार उसके तौर तरीके बदल गए। अच्छा, ते मोल दे विच तुम किसी आंदे दोस्तां नाल आंदे हो? हाँ जी, दोस्त के साथ आता हूँ। की करदे, घूमदे फिरदे हैं या खा पी के या उंजी ताड़ तोड़ के चले जांदे? ताड़ नाल सीन ते नहीं, खा पी के उत्ते थल्ले बस। कर उत्ते थल्ले की थकावट जॉब हुंदी है तकरीबन 7-7, उस तो बाद 2-3 घंटे थकावट उतर जांदी है, अखा को ठंडिया हो जांदी है, चली जाओ ਕਹਿੰਦਾ ਅੱਖਾਂ ਠੰਡੀਆਂ ਹੋ ਜਾਂਦੀਆਂ। ਚਲ ਇਹ ਨਾ ਮੈਂ ਮਤਲਬ ਨਹੀਂ ਸਮਝ ਪਾਈ, ਬਹੁਤ ਸਾਰੇ ਲੜਕੇ ਆ ਕੇ ਕਹਿੰਦੇ ਸੀ ਅੱਖਾਂ ਠੰਡੀਆਂ ਕਰਨ ਆਏ, ਕਹਿੰਜ ਮਤਲਬ 100 ਤਰੀਕੇ ਹੁੰਦੇ ਨਾ ਅੱਖਾਂ ਠੰਡੀਆਂ ਕਰਨ, ਬਰਫ਼ 'ਚ ਲੱਗੀਆਂ ਲਾਸ਼ਾਂ ਇੱਥੇ ਦੇਖ ਲੈਂਦੇ ਅੱਖਾਂ ਠੰਡੀਆਂ ਹੋ ਜਾਂਦੀਆਂ, ਕਿਸ ਤਰ੍ਹਾਂ ਹੋ ਜਾਂਦੀਆਂ? ਨਹੀਂ ਵੈਸੇ ਹੀ ਮਤਲਬ ਇਰਦ ਗਿਰਦ ਦਾ ਮਾਹੌਲ ਔਰ ਵੈਸੇ ਇਨਵਾਇਰਮੈਂਟ ਠੀਕ ਹੈ, ਇਹ ਚੀਜ਼ਾਂ ਅੱਖਾਂ ਠੰਡੀ ਕਰ ਦਿੰਦਾ ਹੈ। ਠਰਕਪਨ? ਹਰ ਬੰਦਾ ਠਰਕੀ ਥੋੜੀ ਆ, ਠਰਕੀ ਹੁੰਦੇ ਆ ਸਾਰੇ, ਜਿਹੜਾ ਵੀ ਕਹਿੰਦਾ ਇਹੀ ਕਹਿੰਦਾ ਸੀ ਜੇ ਤਾੜਨ ਆਏ ਆ। ਹੁਣ ਅੱਲਾਹ ਤਾਲਾ ਨੇ ਏਡੀਆਂ ਪਿਆਰੀਆਂ ਚੀਜ਼ਾਂ ਬਣਾਈਆਂ, ਵੇਖਣ ਵਾਸਤੇ ਬਣਾਈਆਂ ਨਾ, ਬੰਦੇ ਬੁੱਢੀਆਂ ਵਾਸਤੇ ਤੇ ਬੁੱਢੀਆਂ ਬੰਦਿਆਂ ਵਾਸਤੇ। ਆਪ ਨੀਅਤ ਨਾ ਨਹੀਂ ਦੇਖ ਸਕਦੇ? ਨਹੀਂ, ਵਜ਼ੂ ਕਰਕੇ ਦਰੂਦ ਪਾਕ ਪੜ ਕੇ ਫਿਰ ਵੇਖੀਦਾ। ਦਰ ਬਿਟਿਆ, ਬਹੁਤ ਸ਼ੁਕਰੀਆ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕਿਹਦੇ ਇੰਜ ਖਲੋਣਾ ਸਿੱਧਾ? ਵਾਲੇਕੁਮ ਸਲਾਮ। ਕੀ ਕਰਨ ਆਏ? ਬਸ ਟਾਈਮ ਪਾਸ। ਟਾਈਮ ਪਾਸ ਨਾਲ ਕੌਣ ਕੌਣ ਆਇਆ? ਦੋਸਤ ਹੀ ਇੱਕ ਆਇਆ। ਦੋਸਤ ਆਏ ਲੋਰ ਦੇ ਹੋ? ਨਹੀਂ ਵੈਸੇ ਤੇ ਜੇਲਮ ਦੇ ਆ, ਬੇਸਿਕਲੀ ਜੇਲਮ ਦੇ ਹੋ, ਤੇ ਇਥੇ ਕੀ ਕਰਨ ਆਏ? ਬਸ ਉਹੀ ਕਹਿ ਰਹੇ ਟਾਈਮ ਪਾਸ ਕਰਨ ਆਏ। ਟਾਈਮ ਪਾਸ ਕਰਨ ਆਏ ਆ? ਅੱਛਾ, ਕਿੰਨੇ ਦਿਨ ਹੋ ਗਏ? ਕਾਫੀ ਟਾਈਮ ਹੋ ਗਿਆ ਇਥੇ ਜੋਬ ਕਰਦੇ ਆ। ਜੋਬ ਵੀ ਕਰਦੇ ਜੀ? ਕਹਿਣਾ ਜੋਬ ਕਰਨ ਆਇਆ, ਟਾਈਮ ਪਾਸ ਕਰਨ ਆਇਆ? ਇਥੇ ਟਾਈਮ ਪਾਸ ਕਰਨ ਆਇਆ ਨਾ, ਲਾਹੌਰ ਤੇ ਜੋਬ ਕਰਨ। ਦਿਲ ਲੱਗ ਗਿਆ ਲਾਹੌਰ? ਦਿਲ ਤੇ ਨਹੀਂ ਲੱਗਿਆ, ਬਾਕੀ ਸਾਰਾ ਕੁਝ ਲੱਗ ਗਿਆ। ਬਾਕੀ ਸਾਰਾ ਕੁਝ ਕਿੱਥੇ ਲੱਗ ਗਿਆ? ਬਸ ਲੱਗ ਹੀ ਗਿਆ ਕਿਤੇ। ਅੱਛਾ ਮੇਰਾ ਇੱਕ ਸਵਾਲ ਦੇਣਾ ਜਵਾਬ, ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਤੇ ਸਭ ਤੋਂ ਛੋਟਾ ਸ਼ਹਿਰ ਕੀ ਰਹਾ? ਸਭ ਤੋਂ ਵੱਡਾ ਸ਼ਹਿਰ ਤੇ ਕਰਾਚੀ ਹੈ ਤੇ ਛੋਟਾ ਤੁਸੀਂ ਦੱਸ ਦਿਓ। ਛੋਟਾ ਸ਼ਹਿਰ ਤੁਹਾਨੂੰ ਪਤਾ? ਨਹੀਂ ਪਤਾ। ਸ਼ਹਿਰ ਦਾ ਨਾਮ ਤੁਸੀਂ ਜਾਣਦੇ ਆ? ਜਾਣਦੇ ਹੋਵਾਂਗੇ ਲੇਕਿਨ ਪਤਾ ਨਹੀਂ ਹੈ। ਪਤਾ ਨਹੀਂ ਆ, ਹੁਣ ਤੇਰੇ ਨੂੰ ਪਤਾ ਹੀ ਨਹੀਂ ਆ, ਹੁਣ ਮੈਂ ਬਾਅਦ ਚ ਦੱਸੂਗੀ ਕਿਹੜਾ ਸ਼ਹਿਰ, ਹੁਣ ਹੀ ਦੱਸਦਾ ਪਤਾ ਚੱਲ ਜਾਣਾ। ਸ਼ੇਰ ਸੁਣਾ ਦਿਓ। ਸ਼ੇਰ ਸ਼ਾਇਰੀ ਨੇ? ਸ਼ੇਰੋ ਸ਼ਾਇਰੀ ਨੇ ਗਾਣਾ ਦਾ? ਗਾਣਾ ਵੀ ਨਹੀਂ। ਕਦੀ ਕਿਸੇ ਕੁੜੀ ਨੇ ਕਿਹਾ ਕਿ ਮੈਨੂੰ ਕੋਈ ਸ਼ੇਰ ਸੁਣਾ ਦੇ, ਕੀ ਕਹੇਗਾ? ਕੁੜੀ ਕੁੜੀ ਨਾਲ ਆਪਣਾ ਤਲਕ ਹੀ ਨਹੀਂ ਹੈ। ਤਲਕ ਹੀ ਨਹੀਂ? ਕਦੀ ਕਿਸੇ ਨਾਲ ਪਿਆਰ ਹੋ ਗਿਆ?
ਤੇ ਫਿਰ ਉਹਨੂੰ ਸ਼ੇਰ ਸੁਣਾਉਣਾ ਪਿਆ ਤੇ ਕੀ ਕਹੇਗਾ? ਨਹੀਂ ਪਿਆਰ ਵਾਸਤੇ ਟਾਈਮ ਹੀ ਨਹੀਂ ਹੈ ਫਿਲਹਾਲ, ਟਾਈਮ ਹੀ ਨਹੀਂ ਹੈਗਾ। ਬਹੁਤਾ ਬੀਜ਼ੀ ਬੰਦਾ ਲੱਗਦਾ ਜੀ। ਜ਼ਰੂਰ, ਚੰਗੀ ਗੱਲ ਆ, ਬੀਜ਼ੀ ਹੋਣਾ ਚਾਹੀਦਾ। ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਕਰਨ ਆਏ? ਸਜਣ ਮਲਕ ਨੂੰ ਵੇਖਣ ਆਏ। ਅੱਛਾ, ਉਹਨੇ ਕਿਹਾ ਸੀ ਮੈਂ ਅੱਜ ਜਾਣਾ? ਨਹੀਂ, ਮੈਂ ਆਖਿਆ ਤਾਂ ਨਹੀਂ ਸੀ, ਲੇਕਿਨ ਅਸੀਂ ਆਏ ਹਾਂ, ਮੀਆਂ ਚੰਨੂ ਤੋਂ ਆਏ ਹਾਂ, ਸਪੈਸ਼ਲ ਉਹਨੇ ਵੇਖਣ ਆਏ। ਕਿਸਮਤ ਕਿੰਨੀ ਮਾੜੀ ਆ। ਬਸ ਉਹਨਾਂ ਨੂੰ ਅੱਗੇ ਜਾ ਕੇ ਇਹੋ ਜਿਹੇ ਸ਼ਕਲਾਂ ਦੇਖਣੀਆਂ ਪੈਂਦੀਆਂ, ਔਰ ਹੌਸਲਾ ਭਾਈ। ਤੀਸਰੇ ਚੌਥੇ ਫਲੋਰ ਸਿੱਧਾ ਖਲੋਣਾ ਹੈ ਜੀ, ਸ਼ਕਲ ਦਿਖਾਓ, ਆਮ ਨੂੰ ਡਰਾਓ। ਤੀਸਰੇ ਚੌਥੇ ਫਲੋਰ ਤੇ ਵੇਖਣ ਗਿਆ ਲੇਕਿਨ ਉਹ ਮਿਲੇ ਨਹੀਂ। ਉਸ ਬਾਈ ਕੋ ਪੁੱਛਿਆ ਕੀ ਲੱਗਦਾ ਰੋਜ਼ ਇੱਥੇ ਬੈਠੀ ਹੁੰਦੀ ਹੈ ਕਿ ਆਣਾ ਤੁਸੀਂ ਮਿਲਣ? ਅਸੀਂ ਤਾਂ ਆਖਿਆ ਉਹਨਾਂ ਦਾ ਕੰਮ ਹੈ, ਰੋਜ਼ ਆਉਂਦੇ ਹੋਣੇ ਨੇ, ਅਸੀਂ ਤੁਹਾਨੂੰ ਨਹੀਂ ਵੇਖ ਰਹੇ ਸੀ ਵੈਸੇ। ਅੱਛਾ, ਨਾ ਵੀ ਦੇਖ ਕੇ ਆਂਦਾ ਵੀਰ, ਮੈਂ ਤੈਨੂੰ ਕਿਹੜਾ ਇਨਵੀਟੇਸ਼ਨ ਕਾਰਡ ਭੇਜਿਆ ਸੀ? ਪੈਗਾਮ ਉਹਦੇ ਤੱਕ ਪਹੁੰਚਾਣਾ ਹੈ। ਇਹ ਤੇਰਾ ਪੈਗਾਮ ਸੁਣਨ ਤੋਂ ਪਹਿਲਾਂ ਹੀ ਉਹਨੂੰ ਗਾਸ਼ੀ ਪੈ ਜਾਣਾ ਵਾ। ਨਹੀਂ, ਅਸੀਂ ਉਹਦੇ ਬੜੇ ਵੱਡੇ ਫੈਨ ਆ। ਫੈਨ ਹੁੰਦਾ ਬੰਦਾ ਦੰਦ ਸਾਫ਼ ਕਰਕੇ ਆਂਦਾ, ਮੂੰਹ ਸਾਫ਼ ਕਰਕੇ ਆਂਦਾ, ਸ਼ਕਲ ਕੀ ਦਿਖਾਣੀ ਸੀ ਉਹਨੂੰ? ਅਸੀਂ ਬੜੇ ਫਰੈਸ਼ ਹੋ ਕੇ ਆਏ ਆ, ਸਾਨੂੰ ਕੀ ਏ, ਤੁਸੀਂ ਮੇਕਅਪ ਆ ਜ਼ਿਆਦਾ ਕਰਕੇ ਆਏ ਹੋ। ਹੁਣ ਮੇਰੇ ਮੇਕਅਪ ਤੇ ਹੀ ਆਣਾ ਵਾ, ਸੜਦੇ ਇੰਨਾ, ਮੈਂ ਇਹਨਾਂ ਨੂੰ ਕੀ, ਮੈਂ ਤੁਹਾਨੂੰ ਦੱਸਾਂ, ਮੁੰਡੇ ਵੀ ਇੰਨਾ ਸੜਦੇ ਮੇਰੇ ਤੋਂ। ਕੰਮ ਕੀ ਕਰਦੇ? ਬਸ ਕੰਮ ਦੀ ਤਲਾਸ਼ ਵਿੱਚ ਆਏ ਆ, ਕੰਮ ਮਿਲੇਗਾ। ਕੰਮ ਕਾਜ ਹੈ ਨਹੀਂ ਆ, ਕੁੜੀਆਂ ਪਿੱਛੇ ਮੌਲਾ ਚ ਵਾੜ ਆਂਦੇ, ਹਿਸਾਬ ਲਾਓ ਵੀਰੇ, ਕੰਮ ਕਾਜ ਪਹਿਲੇ ਜ਼ਰੂਰੀ ਆ। ਹਾਂਜੀ ਹਾਂਜੀ, ਪਹਿਲੇ ਘਰ ਜ਼ਰੂਰੀ ਆ, ਬਿਲਕੁਲ, ਜੰਮਣ ਵਾਲੀ ਮਾਂ ਜ਼ਰੂਰੀ ਆ। ਹਾਂਜੀ ਹਾਂਜੀ, ਫਿਰ ਹੋਰ ਕੋਈ? ਬਿਲਕੁਲ। ਦੇਖਿਆ, ਮੈਂ ਪੂਰੇ ਪਾਕਿਸਤਾਨ ਨੂੰ ਸਮਝਾ ਦੇਣੀ ਆ ਚੰਗੀਆਂ ਗੱਲਾਂ। ਮੇਰਾ ਇੱਕ ਸਵਾਲ ਦੇਣਾ ਜਵਾਬ, ਤੁਸੀਂ ਦੱਸਣਾ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ, ਸਭ ਤੋਂ ਛੋਟਾ ਸ਼ਹਿਰ ਕਿਹੜਾ? ਹੋਰ ਕੋਈ ਪੁੱਛ ਲਓ, ਇੱਕੋ ਸਵਾਲ ਆਂਦਾ ਹੈ, ਇੱਕ ਦਾ ਹੀ ਜਵਾਬ ਦੇ ਦੇ। ਇਹ ਤਾਂ ਸਭ ਕੋਈ, ਹਰ ਨੂੰ ਕਿਸੇ ਨੂੰ ਪਤਾ ਹੈ, ਤੁਹਾਨੂੰ ਪਤਾ? ਪਤਾ ਹੈ। ਚਲੋ ਦੋ ਜਵਾਬ। ਕਰਾਚੀ ਵੱਡਾ ਸ਼ਹਿਰ ਹੈ ਤੇ ਛੋਟਾ ਸ਼ਹਿਰ? ਦੱਸ, ਛੋਟਾ ਸ਼ਹਿਰ? ਸਭ ਤੋਂ ਛੋਟਾ ਸ਼ਹਿਰ ਹੈ ਮੀਆਂ ਚੰਨੂ ਹੈ। ਮੀਆਂ ਚੰਨੂ ਹੈ, ਵਾਹ, ਨਹੀਂ ਮੀਆਂ ਚੰਨੂ ਛੋਟਾ ਸ਼ਹਿਰ ਹੈ ਹੀ ਨਹੀਂ। ਹੈ ਹੀ ਨਹੀਂ ਕੋ, ਮੈਂ ਹਾਰ ਗਿਆ। ਨਹੀਂ ਹਾਰੇ ਨਹੀਂ ਹੈ, ਛੋਟਾ ਸ਼ਹਿਰ ਹੈ ਵਾ। ਛੋਟਾ ਸ਼ਹਿਰ ਕਿਹੜਾ ਹੋ ਸਕਦਾ ਹੈ? ਦੇਵਰਾਨੀ ਹੈ, ਭਾਈ ਹੈ, ਬੱਚੇ ਹੈ। ਅੱਛਾ, ਵਾਵਾ ਰਸ਼ ਪਾਇਆ ਆਪਣਾ ਹੀ। ਉਹ ਛੁੱਟੀ ਦੀ ਸੁਬਾਹ ਤੋਂ ਬੱਚੇ ਕਹਿ ਰਹੇ ਥੇ ਹਮਨੇ ਜਾਣਾ ਸੈਰ ਕਰਨੇ ਕੇ ਲਈ। ਤਾਂ ਜੀ ਅੱਜ ਬੜੇ ਸੋਹਣੇ ਲੱਗਣ ਦੇ, ਚਮਕਣ ਦੇ ਹੈ, ਪਿੰਕ ਪਿੰਕ। ਬਸ ਅੱਲਾ ਕੀ ਤਰ੍ਹਾਂ ਸੇ ਵੀ ਕੁਛ ਹੈ, ਕੁਛ ਕਰਦੇ ਵੀ ਕੀ ਹੈ। ਅੱਛਾ, ਕਿੰਨੇ ਸਾਲ ਹੋ ਗਏ ਵਿਆਹ ਨੂੰ? ਸ਼ਾ, ਵਿਆਹ ਨੂੰ ਹੋ ਗਏ 27-28 ਸਾਲ। ਮਾਸ਼ਾ ਅੱਲਾ, ਬੰਦੇ ਬਦਲਦੇ ਆ ਜਾਂ ਨਹੀਂ? ਬੰਦੇ ਕੀ ਮਤਲਬ? 27-28 ਸਾਲਾਂ ਬਾਅਦ ਬੰਦੇ ਬਦਲਦੇ ਆ ਜਾਂ ਨਹੀਂ? ਤਾਂ ਬਹੁਤ ਅੱਛਾ, ਸ਼ੁਕਰ ਅਲਹਮਦੁਲਿਲਾ। ਨਹੀਂ ਬਦਲੇ? ਦੇਖੋ ਨਹੀਂ ਜਾਏ। ਬਸ ਖਿਦਮਤ ਕਰੋ, ਮੁਹੱਬਤ ਕਰੋ, ਕੰਪਰੋਮਾਈਜ਼ ਕਰੋ, ਇਹ ਸਾਰਾ ਕੁਝ ਕਰਨ ਤੋਂ ਬਾਅਦ ਹੀ ਬੰਦਾ ਬਾਹਰ ਨਿਕਲ ਜਾਏ ਫੇਰ? ਨਹੀਂ ਨਹੀਂ, ਮੈਂ ਹੋਇਆ ਨਹੀਂ ਅੱਜ ਤੱਕ, 28 ਸਾਲ ਹੋ ਗਏ ਸ਼ਾਦੀ ਨੂੰ, ਕਦੀ ਨਹੀਂ ਹੋਇਆ। 28 ਸਾਲਾਂ 'ਚ ਭਾਈ ਨੇ ਕਦੀ ਕਿਹਾ ਮੈਂ ਦੂਜਾ ਵਿਆਹ ਕਰਨਾ? ਕਿਹਾ ਕਿ ਉਹਨਾਂ ਨੇ ਕਰ ਲਿੱਤਾ ਹੋਇਆ। ਉਹਨਾਂ ਨੇ ਦੂਜਾ ਵਿਆਹ ਕਰ ਲਿਆ, ਮਤਲਬ ਇਹ ਨੇ ਦੂਜੇ ਉਹਨਾਂ ਦੇ ਵਾਈਫ? ਹਾਂਜੀ। ਕੁਛ ਕਹਿੰਜ ਰਹਿ ਲੈਂਦੇ ਆਪਸ 'ਚ? ਨਹੀਂ, ਬਸ ਜ਼ਿੰਦਗੀ ਕਿਸਮਤ 'ਚ ਸੀ, ਕੁਛ ਟੈਨਸ਼ਨਾਂ ਸੀ, ਔਲਾਦ ਨਹੀਂ ਸੀ, ਤੇ ਫਿਰ ਅੱਲਾਹ ਤਾਲਾ ਨੇ
ਐ ਜ਼ਿੰਦਗੀ ਚ ਰੱਖਿਆ ਹੋਇਆ ਸੀ, ਕਰ ਲਿੱਤਾ ਫਿਰ ਫਿਰ ਵੀ ਲਾਈਕ ਉਹ ਸੋਕਣ ਸੋਕਣੇ ਵਾਲੀ ਫੀਲਿੰਗ? ਨਹੀਂ ਨਹੀਂ ਨਹੀਂ, ਕਦੀ ਦਿਲ ਕੀਤਾ ਘੋਟਣਾ ਫੜ ਕੇ ਮੈਂ ਵੀ ਸੋਕਣ ਸੋਕਣੇ ਕਰਾਂ? ਨਹੀਂ, ਗਾਣਾ ਗਾਣੇ ਤੇ ਡਾਂਸ ਕਰ ਲੈਂਦੇ ਆ, ਕਦੀ ਕਦੀ ਸੋਕਣਾ ਤੇ ਫੜਦੇ ਨਹੀਂ ਸੀਟ ਘੋਟਣਾ ਘੜਨਾ। ਅੱਛਾ, ਕਿਸ ਤਰ੍ਹਾਂ ਰਹਿੰਦੇ ਹੋ ਭੈਣਾਂ ਵਾਂਗੂ? ਸ਼ੁਕਰ ਅਲਹਮਦੁਲਿਲਾ। ਕਦੀ ਲੜਾਈ ਹੋਵੇ ਕਿ ਬੰਦੇ ਨੇ ਇੱਕ ਨੂੰ ਬਹੁਤਾ ਸੋਹਣਾ ਸੂਟ ਲਿਆ ਤੇ ਇੱਕ ਨੂੰ ਘੱਟ ਸੋਹਣਾ ਲਿਆ ਕੇ ਦਿੱਤਾ? ਇਹਨੇ ਤੇ ਲਿਆ ਕੇ ਦੇਣੇ ਛੱਡ ਦਿੱਤੇ ਨੇ, ਅਸੀਂ ਖੁਦ ਹੀ ਲੈਣੇ ਆ। ਸਿੱਧਾ ਰਾਸਤਾ ਇਖਤਿਆਰ ਕਰੋ, ਸਭ ਕੁਝ ਸਿੱਧਾ ਹੀ ਹੈ। ਰੱਬ ਹਮੇਸ਼ਾ ਤੁਹਾਨੂੰ ਖੁਸ਼ ਰੱਖੇ। ਚਲੋ ਮੇਰਾ ਇੱਕ ਸਵਾਲ ਦੇਣਾ ਜਵਾਬ, ਤੁਸੀਂ ਦੱਸਣਾ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਤੇ ਸਭ ਤੋਂ ਛੋਟਾ ਸ਼ਹਿਰ ਕੀ ਰਹਾ? ਕਰਾਚੀ ਹੈ ਸਭ ਤੋਂ ਵੱਡਾ ਸ਼ਹਿਰ। ਛੋਟਾ? ਛੋਟਾ ਇਸਲਾਮਾਬਾਦ? ਨਹੀਂ, ਸ਼ਾਇਦ ਲਾਹੌਰ। ਨਹੀਂ, ਸਿਆਲਕੋਟ ਹੋਏਗਾ। ਨਹੀਂ, ਮੁਲਤਾਨ। ਅਸੀਂ ਤੇ ਸਾਰੇ ਸ਼ਹਿਰ ਗਣਾ ਦੇਣੇ ਪਾਕਿਸਤਾਨ। ਮੁਲਤਾਨ? ਨਹੀਂ, ਪਤਾ ਨਹੀਂ, ਛੋਟੇ ਦਾ ਨਹੀਂ ਪਤਾ ਮੈਨੂੰ। ਨਹੀਂ ਪਤਾ, ਕੋਈ ਸ਼ੇਰ ਸੁਣਾ ਦਿਓ। ਸ਼ੇਰ ਅੱਜ ਤੱਕ ਮੈਨੂੰ ਕੋਈ ਵੀ ਨਹੀਂ ਯਾਦ। ਦੋ ਛਾਈਆਂ ਆਪਣੀ ਸੋਕਣ ਦੀਆਂ ਦੱਸਣੀਆਂ ਬਸ, ਹੁਣ ਮੈਂ ਕਦੀ ਡਾਂਡ ਲਵਾਂ ਤੇ ਗੁੱਸਾ ਨਹੀਂ ਕਰਦੀ। ਸਮਝਦਾਰ, ਮੇਰੀ ਖਿਦਮਤ ਕਰਦੀ ਹੈ। ਖਿਦਮਤ ਵੀ ਕਰਦੇ? ਚਾਹੇ ਨਾਸ਼ਤਾ ਖਾਣਾ ਸਭ ਕੁਝ ਮੈਨੂੰ ਉਹੀ ਬਣਾ ਕੇ ਦੇ। ਭਾਂਡਿਆਂ ਤੋਂ ਲੜਾਈ ਹੋਈ ਕਿ ਤੂੰ ਧੋ ਲੈ ਮੈਂ ਧੋਣੀ ਐ? ਇਸ ਤਰ੍ਹਾਂ ਕੋਈ ਆਪ ਹੀ ਧੋ ਲਈਦੇ ਨੇ, ਜਿੰਦਾ ਦਿਲ ਕਰਦਾ ਧੋ ਲੈਂਦੇ ਨੇ। ਕੋਈ ਲੜਾਈ? ਨਹੀਂ ਨਹੀਂ, ਕੋਈ ਲੜਾਈ ਨਹੀਂ। ਖੁਸ਼ ਕਿਸਮਤ ਨੇ ਭਾਂਡਿਆਂ ਨਾਲ ਲੜਾਈ ਨਹੀਂ ਹੁੰਦੀ, ਲੱਗੇ ਹੋਏ ਨੇ। ਹਾਂਜੀ, ਚਲੋ ਜੀ, ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਅਸਲਾਮ